ਸਤਿਗੁਰ ਜੀ ਸਾਰਿਆਂ ਨੂੰ ਸੋਨਦਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਕੀ ਤੁਸੀਂ ਇੰਡੀਆ ਤੋਂ ਆਪਣਾ ਕੋਈ ਰਿਸ਼ਤੇਦਾਰ ਮਗਾਣਾ ਚਾਹੁੰਦੇ ਹੋ ਉਹ ਰਿਸ਼ਤੇਦਾਰ ਤੁਹਾਡਾ ਭਰਾ ਹੋ ਸਕਦਾ ਤੁਹਾਡੀ ਭੈਣ ਹੋ ਸਕਦੀ ਹੈ ਮਮੀ ਡੈਡੀ ਹੋ ਸਕਦਾ ਜਾਂ ਫਿਰ ਤੁਹਾਡੇ ਬ੍ਰਦਰ ਇਨ ਲਾ ਦੇ ਵਿੱਚ ਹੋ ਸਕਦੇ ਜਿਦਾਂ ਸੱਸ ਸਹੁਰਾ ਹੋ ਸਕਦੇ ਜਾਂ ਫਿਰ ਉਧਰੋਂ ਤੁਹਾਡੀ ਜਿਹੜੀ ਵਾਈਫ ਆ ਉਹਨਾਂ ਦੇ ਭੈਣ ਭਰਾ ਹੋ ਸਕਦੇ ਕੀ ਤੁਸੀਂ ਇਹਨਾਂ ਨੂੰ ਬੁਲਾਉਣਾ ਚਾਹੁੰਦੇ ਹੋ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਹਨਾਂ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬੁਲਾ ਸਕਦੇ ਹੋ ਕਿਸੇ ਵੀ ਡੌਂਕੀ ਦੀ ਲੋੜ ਨਹੀਂ ਹੈਗੀ ਕਿਸੇ ਵੀ ਏਜੰਟ ਕੋ ਜਾਣ ਦੀ ਲੋੜ ਨਹੀਂ ਹੈਗੀ ਥੋੜਾ ਜਿਹਾ ਪ੍ਰਤੀਕਾ ਕਰਨ ਦੀ ਲੋੜ ਇਟਲੀ ਦੇ ਵਿੱਚ ਸੌਖੇ ਤਰੀਕੇ ਦੇ ਨਾਲ ਪੇਪਰ ਭਰੇ ਜਾ ਸਕਦੇ ਆ ਆਪਣੇ ਘਰੋਂ ਹੀ ਤੁਸੀਂ ਕਰ ਸਕਦੇ ਆ ਕਿੱਦਾਂ ਕਰਨਾ ਸਭ ਕੁਝ ਕਰਨਾ ਜੇਕਰ ਜਾਨਣਾ ਚਾਹੁੰਦੇ ਹੋ ਵੀਡੀਓ ਦੇਖੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਤੇ ਫਿਰ ਪੂਰਾ ਸੁਣੋ ਜੇਕਰ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੀ ਗੱਲ ਆ ਕਿ ਬਹੁਤ ਸਾਰੇ ਕੇਸ ਹੁੰਦੇ ਆ ਪਰ ਸੌਖਾ ਤਰੀਕਾ ਇੱਕ ਹੋਰ ਆ ਜੇਕਰ ਤੁਹਾਡੇ ਕੋ ਇਟਾਲੀਅਨ ਨੈਸ਼ਨੈਟੀ ਆ ਬਿਲਕੁਲ ਸਹੀ ਸੁਣਿਆ ਤੁਸੀਂ ਲਾਲ ਪਾਸਪੋਰਟ ਵਾਲਿਆਂ ਤੁਹਾਡੇ ਕੋ ਇਟਾਲੀਅਨ ਨੈਸ਼ਨੈਟੀ ਆ ਤਾਂ ਫਿਰ ਤੁਸੀਂ ਆਪਣੇ ਭੈਣ ਭਰਾ ਨੂੰ ਮਗਾ ਸਕਦੇ ਆ ਆਪਣੇ ਮੰਮੀ ਡੈਡੀ ਨੂੰ ਤਾਂ ਮਗਾ ਸਕਦੇ ਆ ਪਰ ਤੁਸੀਂ ਆਪਣੀ ਵਾਈਫ ਦੇ ਵੀ ਫੈਮਿਲੀ ਨੂੰ ਮਗਾ ਸਕਦੇ ਹੋ ਤੇ ਆਪਣੀ ਵਾਈਫ ਦੀ ਭੈਣ ਭਰਾ ਜਾਂ ਫਿਰ ਆਪਣੀ ਵਾਈਫ ਦੇ ਜਿਹੜੇ ਮੰਮੀ ਡੈਡੀ ਉਹਨਾਂ ਨੂੰ ਬੁਲਾ ਸਕਦੇ ਇਟਾਲੀਅਨ ਪਾਸਪੋਰਟ ਤੇ ਬਿਲਕੁਲ ਸਹੀ ਸੁਣਿਆ ਜੀ ਤੇ ਜੇਕਰ ਵਾਈਫ ਦੇ ਕੋਲ ਇਟਾਲੀਅਨ ਪਾਸਪੋਰਟ ਆ ਤਾਂ ਉਹ ਆਪਣੇ ਹਸਬੰਡ ਦੇ ਭਰਾ ਭੈਣ ਮੰਮੀ ਡੈਡੀ ਉਹਨਾਂ ਨੂੰ ਇਟਲੀ ਦੇ ਵਿੱਚ ਬੁਲਾ ਸਕਦੀ ਹੈ ਕਾਨੂੰਨ ਹੈ ਹੁਣ ਦਾ ਕਾਨੂੰਨ ਨਹੀਂ ਹੈਗਾ ਅਸੀਂ ਜਿਹੜੇ ਤੁਹਾਨੂੰ ਕਾਨੂੰਨਾਂ ਦੇ ਬਾਰੇ ਦੱਸਦੇ ਹਾਂ ਜੀ ਕਾਨੂੰਨ 99 ਜਾਂ 92 ਦੇ ਹੁੰਦੇ ਗੱਲ 99 ਜਾਂ 92 ਦੀ ਆ ਜਦੋਂ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਤੇ ਕਿੱਦਾਂ ਕਰਨਾ ਹੈ ਤਾਂ ਟੈਲੀਫੋਨ ਨੰਬਰ ਨੋਟ ਕਰ ਲਓ ਜੇਕਰ ਤੁਹਾਡੇ ਕੋ ਇਟਾਲੀਅਨ ਪਾਸਪੋਰਟ ਆ ਤੁਸੀਂ ਆਪਣੇ ਸਾਰੇ ਪਰਿਵਾਰ ਚੋਂ ਆਪਣੀ ਵਾਈਫ ਦੇ ਆਪਣੇ ਨਿਆਣਿਆਂ ਦੇ ਮਾਮਿਆਂ ਨੂੰ ਜਾਂ ਫਿਰ ਮਾਸੀ ਨੂੰ ਇਟਲੀ ਦੇ ਵਿੱਚ ਬੁਲਾਣਾ ਚਾਹੁੰਦੇ ਹੋ ਤਾਂ ਬੁਲਾ ਸਕਦੇ ਹੋ ਕਿੱਦਾਂ 393 280 2880 ਟੈਲੀਫੋਨ ਕਰੋ ਟਾਈਮ ਦੀ ਕੋਈ ਕੋਈ ਲੋੜ ਨਹੀਂ ਟਾਈਮ 9 ਵਜੇ ਤੋਂ ਬਾਅਦ ਤੁਸੀਂ ਕਰ ਸਕਦੇ ਆ ਫੋਨ ਕਰੋ ਅਪਾਇੰਟਮੈਂਟ ਬੁੱਕ ਕਰੋ ਆਦੇ ਆਪਣੇ ਰਿਸ਼ਤੇਦਾਰਾਂ ਨੂੰ ਮਲਾਓ ਔਰ ਇੱਕ ਗੱਲ ਹੈ ਜੀ ਘਰ ਦੀ ਹਸਬੰਡ ਵਾਈਫ ਦੀ ਰਜਮੰਦੀ ਹੋਣੀ ਬਹੁਤ ਜ਼ਰੂਰੀ ਆ ਮੰਗਵਾਣਾ ਜਾਂ ਨਹੀਂ ਮਕੋਣਾ ਬਾਅਦ ਵਿੱਚ ਲੜਾਈ ਨਾ ਹੋਵੇ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਸਭ ਤੋਂ ਪਹਿਲਾ ਜੋ ਅਪਡੇਟ ਆ ਰਿਹਾ ਜੀ ਜੋ ਖਤਰਨਾਕ ਅਪਡੇਟ ਆ ਉਹ ਇਹ ਆ ਕਿ ਮਿਲਾਨ ਦੇ ਵਿੱਚ ਬਹੁਤ ਹੀ ਬੁਰੀ ਅੱਗ ਲੱਗੀ ਆ ਸੰਜੂਲਿਆਨੋ ਦੇ ਵਿੱਚ ਸੰਜੂਲਿਆਨੋ ਮਿਲਾਨੀ ਦੇ ਵਿੱਚ ਇੱਕ ਕੈਮੀਕਲ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਜਿਹਦੇ ਵਿੱਚ ਸੋਲਵੈਂਟ ਹੀ ਹੁੰਦੇ ਆ ਜੋ ਕਿ ਕੈਮੀਕਲ ਪ੍ਰੋਡਕਟ ਦੇ ਜਿਹੜੀ ਵੇਸਟੇਜ ਆ ਕੈਮੀਕਲ ਪ੍ਰੋਡਕਟ ਦੀ ਜੋ ਵੇਸਟੇਜ ਆ ਉਸ ਦੇ ਵਿੱਚ ਅੱਗ ਲੱਗੀ ਆ ਦੱਸਿਆ ਜਾ ਰਿਹਾ ਤਿੰਨ ਬੰਦਿਆਂ ਦੇ ਉੱਤੇ ਇਸ ਟਾਈਮ ਕੇਸ ਚੱਲ ਰਿਹਾ 100 ਤੋਂ ਵੱਧ ਬੰਦੇ ਉੱਥੇ ਇਸ ਟਾਈਮ ਏਵਕੂਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ 20 ਫਾਇਰ ਬ੍ਰਿਗੇਡ ਦੀ ਜਿਹੜੀਆਂ ਟੀਮਾਂ ਨੇ ਉੱਥੇ ਪਹੁੰਚੀਆਂ ਨੇ 100 ਉਹ ਨਹੀਂ ਤਾਂ ਨੇ ਜਿਹੜੇ ਕੰਮ ਕਰ ਰਹੇ ਨੇ ਅੱਗ ਬਹੁਤ ਖਤਰਨਾਕ ਆ ਇਸ ਇੱਥੇ ਤੱਕ ਕਿ ਉੱਥੇ ਦੇ ਜਿਹੜੇ ਐਮਐਲਏ ਆ ਜੋ ਏਰੀਆ ਦਾ ਉਹ ਵੀ ਉੱਥੇ ਪਹੁੰਚ ਗਿਆ ਸੰਜੁਲਿਆਨੋ ਮਿਲਾਨੀ ਮਿਲਾਨੀ ਦੇ ਵਿੱਚ ਜਿੰਨੇ ਵੀ ਬੰਦੇ ਆ ਸਾਰਿਆਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਕਿ ਤਾਕੀਆਂ ਦਰਵਾਜ਼ੇ ਆਪਣੇ ਬੰਦ ਕਰ ਲਓ ਸਾਹ ਨਾ ਲਿਓ ਇਸ ਜਿਹੜੀ ਹੁਣ ਹਵਾ ਹੈ ਕਿਉਂਕਿ ਪ੍ਰਦੂਸ਼ਿਤ ਹਵਾ ਬਹੁਤ ਹੀ ਖਤਰਨਾਕ ਹਵਾ ਵੀਡੀਓ ਤੁਹਾਨੂੰ ਸ਼ੋਅ ਨਹੀਂ ਕਰ ਸਕਦੇ ਕਿਉਂ ਨਹੀਂ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਲਦੇ ਕਿ ਕੀ ਹਸਾਦ ਨਾਲ ਅੱਗ ਕਿਦਾਂ ਲੱਗੀ ਹੋਈ ਆ ਉਸ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਫੀ ਜਿਹੜੇ ਬੰਦੇ ਆ ਫੱਟੜ ਹੋ ਗਏ ਨੇ 15 ਬੰਦਿਆਂ ਨੂੰ ਤਾਂ ਉੱਥੇ ਹੀ ਮੌਕੇ ਤੇ ਹੀ ਜਿਹੜਾ ਇਲਾਜ ਕੀਤਾ ਗਿਆ 15 ਨੂੰ ਮੌਕੇ ਤੇ ਇਲਾਜ ਕੀਤਾ ਗਿਆ ਤੇ ਇਹਨਾਂ ਨੂੰ ਹਸਪੀਟਲ ਲੈ ਕੇ ਇੱਕ ਦੇ ਸ਼ਾਤੀ ਤਕਰੀਬਨ 60% ਤੱਕ ਉਹਦੀ ਜਲ ਚੁੱਕੀ ਹੈ ਤੇ ਉਸ ਨੂੰ ਹੈਲੀਕਾਪਟਰ ਦੇ ਵਿੱਚ ਲੈ ਕੇ ਗਏ ਨੇ ਉਮੀਦ ਇਹ ਹੀ ਹੈ ਕਿ ਉਹ ਵਿਚਾਰਾ ਬਚ ਜਾਊਗਾ ਵਾਹਿਗੁਰੂ ਅਗੇ ਅਰਦਾਸ ਆ ਬਚ ਜਾਵੇ ਤੇ ਤੁਸੀਂ ਵੀ ਇਹੀ ਅਰਦਾਸ ਕਰੋ Apple ਦੀ ਜਦੋਂ ਵੈਂਟ ਹੋਈ ਹੈ ਜੀ Apple ਵਾਲਿਆਂ ਨੇ ਕਰਤਾ ਉਹੀ ਕੰਮ ਆਪਣਾ iPhone ਲਾਂਚ ਕੀਤਾ ਆਪਣੀ ਘੜੀ ਦੁਬਾਰਾ ਲਾਂਚ ਕੀਤੀ ਹੈ ਜੀ ਘੜੀ ਆਈ ਆ ਕੰਨਾਂ ਚ ਲਾਉਣ ਵਾਲੀਆਂ ਟੂਟੀਆਂ ਹੈੱਡਫੋਨ ਆਏ ਨੇ ਇਹਨਾਂ ਦੇ ਜਿਨ੍ਹਾਂ ਨੂੰ 에어ਪੋਰਟਸ 에어ਪੋਰਟਸ ਕਿਹਾ ਜਾਂਦਾ ਹੈ ਹੁਣ ਫਿਲਹਾਲ ਆਈਫੋਨ 14 ਤੇ 14 ਪਲੱਸ ਆਇਆ ਉਸ ਤੋਂ ਬਾਅਦ 14 ਪ੍ਰੋ ਤੇ ਪ੍ਰੋ ਮੈਕਸ ਆਇਆ 에ਅਰਪອດ ਪ੍ਰੋ 2 ਆਏ ਨੇ ਇਹਨਾਂ ਦੇ ਵਿੱਚ H2 H2 ਚਿਪ ਅੱਛਾ ਜਿਹੜੀ ਬਾ ਐਪਲ ਵਾਚ ਜਿਹੜੀ ਸੀਰੀਜ਼ 8 ਆਈ ਹੈ ਇਹ ਥੋੜੀ ਜਿਹੀ ਵਧੀਆ ਆਈਫੋਨ 14 ਪ੍ਰੋ ਤੇ 14 ਪ੍ਰੋ ਮੈਕਸ ਦੇ ਵਿੱਚੋਂ ਮੈਂ ਥੋੜੀ ਜਿਹੀ ਜ਼ਿਆਦਾ ਉਮੀਦ ਰੱਖ ਰਿਹਾ ਕਿ ਸ਼ਾਇਦ ਦੇ ਕੁਝ ਹੋਰ ਵਧੀਆ ਕਰੂਗੇ ਪਰ ਸ਼ਾਇਦ ਹੁਣ ਇਹ ਉਸ ਲੈਵਲ ਤੱਕ ਪਹੁੰਚ ਚੁੱਕੇ ਨੇ ਜਿੱਥੇ ਛੋਟੀਆਂ ਛੋਟੀਆਂ ਹੀ ਅਹ ਛੋਟੇ ਛੋਟੇ ਸੁਧਾਰ ਕਰ ਸਕਦੇ ਐ ਕੈਮਰਾ 48 ਮੈਗਾਪਿਕਸਲ ਦਾ ਜੋ ਕਿ 14 Pro ਤੇ Pro Max ਦੇ ਵਿੱਚ ਹਾਂ ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਦੇ ਵਿੱਚ ਐਕਸ਼ਨ ਮੋਡ ਐਂਟਰ ਕੀਤਾ ਗਿਆ ਐਕਸ਼ਨ ਮੋਡ ਇਦਾਂ ਕਿ ਜੇ ਤੁਸੀਂ ਵੀਡੀਓ ਬਣਾਣੀ ਹੈ ਜਦ ਤੁਰਦੇ ਆ ਤਾਂ ਇਦਾਂ ਲੱਗਦਾ ਨਾ ਵੀ ਵੀਡੀਓ ਜਿਹੜੀ ਹੈਲਦੀ ਆ ਤੇ ਨਾਰਮਲੀ ਆਪਾਂ ਗਿੰਬਲ ਯੂਜ਼ ਕਰਦੇ ਆ ਜਿੱਦਾਂ DG DJI ਮੋਬਿਲ ਜਿਹੜੇ ਹੁੰਦੇ ਆ ਯੂਜ਼ ਕਰਦੇ ਆ ਵੀ ਸਾਡੀ ਵੀਡੀਓ ਜਿੰਨੀ ਜ਼ਿਆਦਾ ਹੋਵੇ ਸਟੇਬਲ ਹੋਵੇ ਉਹ ਥੋੜਾ ਜਿਹਾ ਦੱਸਿਆ ਜਾ ਰਿਹਾ ਕਿ ਏ ਠੀਕ ਆ ਬਾਕੀ ਫੋਟੋਆਂ ਦਾ ਇਹਦੀਆਂ ਵਧੀਆ ਹੀ ਹੁੰਦੀਆਂ ਨੇ ਤੇ ਹੋਰ ਕੋਈ ਖਾਸ ਸਿਸਟਮ ਨਹੀਂ ਹੈਗਾ ਤੇ ਮੇਨ ਮੇਨ ਉਹੀ ਚੀਜ਼ਾਂ ਨੇ ਥੋੜਾ ਬਹੁਤ ਇਹ ਜੇਕਰ ਤੁਹਾਡੇ ਕੋਲ ਆਈਫੋਨ 13 ਪ੍ਰੋ ਆ ਤੁਸੀਂ ਆਈਫੋਨ 13 ਪ੍ਰੋ ਤੋਂ ਆਈਫੋਨ 14 ਪ੍ਰੋ ਤੇ ਜਾਣਾ ਤਾਂ ਤੁਸੀਂ ਅਗਲਾ ਸਾਲ ਰੁਕ ਸਕਦੇ ਹੋ ਕਿਉਂਕਿ ਇਹ ਤੋਂ ਇੱਥੇ ਤੱਕ ਕੁਝ ਖਾਸ ਫਰਕ ਨਹੀਂ ਜਿਹੜੇ ਇਹ 20% 30% 50% ਜਿਹੜੀ ਪਾਵਰ ਦੱਸ ਰਹੇ ਨੇ ਕਿ ਐਕਸਟਰਾ ਉਹ ਸਾਨੂੰ ਪਤਾ ਵੀ ਨਹੀਂ ਲੱਗਣਾ ਠੀਕ ਹੈ ਜੀ ਤੇ ਹਾਂ ਜੇਕਰ ਤੁਸੀਂ ਟੈਕਨੋਲੋਜੀ ਪਸੰਦ ਕਰਦੇ ਆਂ ਹਰ ਰੋਜ਼ ਹਰ ਹਰ ਸਾਲ ਤੁਹਾਨੂੰ ਹੁਣ ਚੇਂਜ ਕਰਨਾ ਬੜੀ ਅਲੱਗ ਵਧੀਆ ਗੱਲ ਆ ਜੀ ਫਿਰ ਤੁਸੀਂ ਇਹਨੂੰ ਆਈਫੋਨ 14 ਪ੍ਰੋ ਨੂੰ ਲੈ ਸਕਦੇ ਆਂ ਨਹੀਂ ਤਾਂ ਜੇਕਰ 13 ਪ੍ਰੋ ਮਾਰਕਸਾ ਤੁਸੀਂ ਉਹੀ ਰੱਖੋ ਮੇਰੇ ਕੋਲ ਜਿਹੜਾ ਪਲਾਨ ਚੱਲਦਾ ਹਰ ਸਾਲ ਜਦੋਂ ਨਵਾਂ ਆਈਫੋਨ ਆਂਦਾ ਤਾਂ ਮੈਨੂੰ ਆਈਫੋਨ ਮਿਲ ਜਾਂਦਾ ਇਸ ਕਰਕੇ ਚਲੋ ਆਪਾਂ ਤਾਂ ਬਦਲ ਲਈ ਕਿਉਂਕਿ ਹਰ ਸਾਲ ਬਦਲਦਾ ਪਰ ਜੇਕਰ ਤੁਸੀਂ ਚਾਹੋ ਤੁਸੀਂ ਨਵਾਂ ਖਰੀਦਣਾ ਤੁਹਾਡੇ ਕੋਲ ਆਈਫੋਨ 10 11 ਆ 8ਵਾਂ ਫਿਰ ਤੁਹਾਡੇ ਲਈ ਬਹੁਤ ਬੈਸਟ ਹੈ ਜਿਨ੍ਹਾਂ ਬੰਦਿਆਂ ਕੋ ਸੱਤ ਅੱਠ ਤੋਂ ਜਾਣਾ ਉਹਨਾਂ ਲਈ ਤਾਂ ਜ਼ਮੀਨ ਆਸਮਾਨ ਦਾ ਫਰਕ ਪੈ ਜਾਣਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਇਟਲੀ ਦੇ ਵਿੱਚ ਇੱਕ ਹੋਰ ਅਪਡੇਟ ਦੀ ਇਟਲੀ ਦੇ ਵਿੱਚ ਇਸ ਟਾਈਮ ਗੱਲਬਾਤ ਚੱਰੀ ਹੈ ਕਿ ਹਲਕੇ ਹਲਕੇ ਉਹ ਚੂਹੇ ਇਟਲੀ ਦੇ ਵਿੱਚ ਆ ਗਏ ਨੇ ਇਸ ਟਾਈਮ ਇਹ ਗੱਲ ਜੁੜੀ ਗੁਰੇਸ ਖਬਰ ਦੀ ਆਪਾਂ ਪੁਖਤੀ ਤੇ ਨਹੀਂ ਕਰਦੇ ਇਸ ਗੱਲ ਨੂੰ ਅਸੀਂ ਸ਼ੋਰ ਨਹੀਂ ਕਰ ਸਕਦੇ ਪਰ ਜਿਹੜੇ ਚੂਹੇ ਨੇ ਇਸ ਟਾਈਮ ਬੰਦਿਆਂ ਦੇ ਦੰਦੀਆਂ ਵੱਢਣ ਲੱਪੇ ਨੇ ਤਾਂ ਹੁਣ ਤੁਸੀਂ ਸੋਚੋਗੇ ਵੀ ਇਹਦੇ ਵਿੱਚ ਵੱਖਰੀ ਚੀਜ਼ ਕੀ ਹੈ ਦੇਖੋ ਜੀ ਚੂਹੇ ਉਹ ਜੀਵ ਨੇ ਉਹ ਜਾਨਵਰ ਨੇ ਜਿਨ੍ਹਾਂ ਦੇ ਨਾਲ ਪਲੇਗ ਵਰਗੀਆਂ ਬਿਮਾਰੀਆਂ ਤੱਕ ਫੈਲੀਆਂ ਨੇ ਇਹ ਬਿਮਾਰੀਆਂ ਫਲਾਨ ਦੇ ਬਹੁਤ ਵੱਡੇ ਅਸੀਂ ਕਹਿ ਸਕਦੇ ਹਾਂ ਸਾਧਨ ਨੇ ਵੈਨੇਸ਼ੀਆ ਦੇ ਵਿੱਚ ਇਦਾਂ ਹੋਇਆ ਜੀ ਸਮ ਮਾਰਕੋ ਦੇ ਵਿੱਚ ਇੱਕ ਇੱਕ ਔਰ ਤੇ ਇੱਕ ਕੁੜੀ ਕੰਮ ਤੇ ਜਾ ਰਹੀ ਸੀ ਕੰਮ ਤੇ ਜਾਣ ਤੋਂ ਪਹਿਲਾਂ ਇੱਕ ਚੂਹੇ ਨੇ ਸਵੇਰੇ 7:30 ਵਜੇ ਦੰਦੀ ਵੱਢੀ ਉਹ ਕਹਿੰਦੀ ਦੰਦੀ ਵੀ ਇੰਨੀ ਜ਼ੋਰ ਨਾਲ ਵੱਢੀ ਕਿ ਉਹਦੀ ਥਾਂ ਤੇ ਜਿਹੜੀ ਆਉਂਦੀ ਹੈ ਚੀਕਾ ਨਿਕਲ ਗਈ ਤੇ ਇਹ ਦੱਸਿਆ ਜਾ ਰਿਹਾ ਕਿ ਚੂਹੇ ਹੁਣ ਬੰਦਿਆਂ ਨੂੰ ਖਾਣਾ ਸ਼ੁਰੂ ਕਰ ਸਕਦੇ ਆ ਖਾਣਾ ਮਤਲਬ ਦੰਦੀਆਂ ਵੱਡਣੀਆਂ ਸ਼ੁਰੂ ਕਰ ਸਕਦੇ ਇੱਕ ਕੇਸ ਹੋਇਆ ਇਹਨੂੰ ਧਿਆਨ ਦੇ ਰੱਖਣ ਦੀ ਲੋੜ ਆ ਕਿਤੇ ਇਦਾਂ ਨਾ ਹੋਵੇ ਕਿ ਚੂਹੇ ਹਲਕ ਜਣ ਕਿਤੇ ਵੀ ਚੂਹਾ ਦੇਖੇ ਸਾਵਧਾਨ ਹੋ ਜਾਊ ਕਿਉਂਕਿ ਚੂਹੇ ਬਿਮਾਰੀ ਫਲਾਉਂਦੇ ਆ ਅੱਛਾ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਤਕਰੀਬਨ ਅੱਜ ਤੋਂ ਡੇਢ ਮਹੀਨਾ ਪਹਿਲਾਂ ਕਿਹਾ ਸੀ ਕਿ ਇਟਲੀ ਦੇ ਵਿੱਚ CO2 ਕਾਰਬਨ ਡਾਈਆਕਸਾਈਡ ਆ ਜਿਹੜੀ ਇਸ ਦੀ ਬਹੁਤ ਤੰਗੀ ਚੱਲ ਰਹੀ ਆ ਗੈਸ ਵਾਲਾ ਪਾਣੀ ਮੁੱਕ ਰਿਹਾ ਗੈਸ ਵਾਲੇ ਪਾਣੀ ਦੇ ਨਾਲ ਨਾਲ ਜਿਹੜੀਆਂ ਆ ਕੋਕਾ ਕੋਲਾ ਲੇਮਕਾ ਜਾਂ ਹੋਰ ਗੈਸ ਵਾਲੀਆਂ ਜਿਹੜੀਆਂ ਸਾਡੇ ਆਪਣੀਆਂ ਕੋਲਡ ਡਰਿੰਕਸ ਹੁੰਦੀਆਂ ਨੇ ਕਹਿੰਦੇ ਵੀ ਇਹ ਵੀ ਇਹਨਾਂ ਤੇ ਵੀ ਅਸਰ ਪੈਦਾ ਹੁਣ ਅਸਰ ਸਭ ਤੋਂ ਜ਼ਿਆਦਾ ਪੈ ਰਿਹਾ ਕਿਉਂਕਿ ਰੇਟ ਵਧ ਹੀ ਜਾ ਰਿਹਾ ਜਿਸ ਕਰਕੇ ਹੋ ਸਕਦਾ ਕਿ ਕੋਕਾ ਕੋਲਾ ਜਾਂ ਹੋਰ ਇਦਾਂ ਦੀ ਜਿਹੜੀਆਂ ਚੀਜ਼ਾਂ ਹੋਣ ਇਹ ਸਮਾਨ ਜਿਹੜਾ ਹੁਣ ਤੱਕ ਪ੍ਰੋਡਕਟ ਬਣ ਗਿਆ ਠੀਕ ਆ ਉਸ ਤੋਂ ਬਾਅਦ ਨਾ ਨਾ ਬਣ ਤੇ ਜਿਹੜਾ એનર્ਜੀ ਆ ਦੀ ਕੋਸਟ ਤੋਂ ਜੋ ਬਿਜਲੀ ਪਾਣੀ ਗੈਸ ਦੀ ਜੇ ਅਸੀਂ ਰੇਟ ਦੀ ਗੱਲ ਕਰਦੇ ਆਂ ਤਾਂ ਤਕਰੀਬਨ 550% ਤੱਕ ਰੇਟ ਜਿਹੜੇ ਆ ਵੱਧ ਗਿਆ 8 ਸਤੰਬਰ ਦੇ ਲਈ 15 ਜਿਹੜੇ ਇਟਲੀ ਦੇ ਸੂਬੇ ਨੇ ਤਕਰੀਬਨ ਪੂਰੇ ਇਟਲੀ ਦੇ ਵਿੱਚ 8 ਸਤੰਬਰ ਦੇ ਲਈ ਅਲਰਟ ਦਿੱਤਾ ਗਿਆ ਸਾਵਧਨ ਮੀਂਹ ਨੇੜੀ ਕਣੀ ਤੂਫਾਨਾ ਇਹ ਮੀਲਿਆ ਰੋਮਾਨੀਆ ਪਿਮੋਂਤੇ ਵਾਲੇ ਦੋਸਤ ਲਿਗੂਰੀਆ ਫਰੁਜੀ ਵਨੇਤਸਾ ਜੂਲੀਆ ਤਿੰਨ ਤਿੰਨੋਂ ਵਾਲ ਤੋਂ ਆ ਦੀਜੀਏ ਬਰੂਸੋ ਮਾਰ ਕੇ ਹੁੰਬਰੀਆ ਤੋਸਕਾਨਾ ਲਾਟਸਿਓ ਮੋਲੀਜ਼ੀਆ ਤੇ ਕੰਪਾਨੀਆ ਸਾਡਾ ਲੁੰਬਰਦੀਆ ਦਾ ਏਰੀਆ ਨਹੀਂ ਰੱਖਿਆ ਥੋੜੀ ਜਿਹੀ ਮੀਂਹ ਇੱਥੇ ਵੀ ਪੈਣਾ ਚਾਹੀਦਾ ਹੈ ਚਲੋ ਲੰਬਰ ਦੀ ਹੈ ਤੇ ਵੈਨੇਤੋ ਵਿੱਚ ਪਹਿਲਾਂ ਅੱਜ ਦਾ ਸਗਾ ਤੁਹਾਡੇ ਵੱਲ ਮੌਸਮ ਕਿਦਾਂ ਦਾ ਤੁਹਾਨੂੰ ਜਰੂਰ ਦੱਸਿਓ ਵੀ ਤੁਸੀਂ ਜੇਸ ਏਰੀਆ 'ਚ ਹੈਗੇ ਆ ਮੌਸਮ ਕਿਦਾਂ ਦਾ ਮੌਸਮ ਦੀ ਜੇਸ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਗਰਮੀ ਨਵੰਬਰ ਤੱਕ ਹੋ ਸਕਦੀ ਹੈ ਗਰਮੀ ਇਹ ਨਹੀਂ ਕਿ ਅਸੀਂ ਟੀ-ਸ਼ਰਟਾਂ 'ਚ ਘੁੰਮਣਾ ਮਤਲਬ ਕਿ ਮੌਸਮ ਜਿਹੜਾ ਗਰਮ ਰੁੱਤਾਂ ਜਿਹੜੀਆਂ ਬਦਲ ਗਈਆਂ ਤੇ ਜਿਹੜੀ ਠੰਡ ਉਹ ਜੇਕਰ ਇਦਾਂ ਹੈ ਤਾਂ ਠੰਡ ਥੋੜੀ ਜੀ ਉਨੀ ਹੀ ਜ਼ਿਆਦਾ ਹੋ ਜਣੀ ਹੈ ਅਗਲੇ ਅਪਡੇਟ ਵਾਲ ਚੈਲੰਜ ਜੀ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਹੈ ਥੋੜਾ ਜਿਹਾ ਇੱਕ ਇੰਗਲੈਂਡ ਤੋਂ ਆ ਰਿਹਾ ਜੀ ਅਗਲਾ ਅਪਡੇਟ ਇੰਗਲੈਂਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਵਾਈਟ ਹੈਵਨ ਦੇ ਵਿੱਚ ਇੱਕ ਔਰਤ ਜਿਸ ਦਾ ਨਾਮ ਨੈਟਲੀ ਕੇਨਾ ਉਹਨੇ ਜਿਹੜੀ ਲੈਟਰਾਂ ਦੇ ਵਿੱਚ ਗੈਸ ਹੁੰਦੀ ਹੈ ਉਸ ਨੂੰ ਸੁੰਘ ਲਿਆ ਸੁੰਘ ਲਿਆ ਜਾਂ ਖਾ ਲਿਆ ਕਿਸੇ ਵੀ ਤਰ੍ਹਾਂ ਉਸਨੇ ਉਹਨੂੰ ਸੁੰਘ ਲਿਆ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਤੇ ਮੌਤ ਹੋਣ ਤੋਂ ਬਾਅਦ ਉਹਦੇ ਇੱਕ ਬੱਚਾ ਸੀ ਜਿਸ ਦੀ ਉਮਰ ਸਿਰਫ 14 ਮਹੀਨੇ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਟਾਈਮ ਉਹ ਬੱਚਾ ਵੀ ਮਰ ਗਿਆ ਕਿਉਂਕਿ ਉਸ ਦੀ ਮਾਂ ਮਰ ਗਈ ਤੇ 14 ਮਹੀਨੇ ਦੇ ਬੱਚੇ ਨੂੰ ਨਹੀਂ ਪਤਾ ਸੀਗਾ ਕਿ ਕੀ ਹੋਣਾ ਜਾਂ ਕੀ ਸਤਾ ਦੱਸਿਆ ਜਾ ਰਿਹਾ ਕਿ ਤਕਰੀਬਨ 5 ਦਿਨ ਬਾਅਦ ਉਹਨਾਂ ਦੋਨਾਂ ਦੀ ਦਸੰਬਰ ਤੋਂ ਬਾਅਦ ਉਹਨਾਂ ਦੀ ਲਾਸ਼ ਲੱਭੀ ਹੈ ਇਸ ਟਾਈਮ ਖਬਰ ਸਿਰਫ ਹੋਣੀ ਆ ਰਹੀ ਹੈ ਕਿ ਵੇ ਜਿਸ ਟਾਈਮ ਕਦੇ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਹੈ ਕਿਸੇ ਯਾਰ ਦੋਸਤ ਮਿੱਤਰ ਸੱਜਣ ਦਾ ਤੁਹਾਨੂੰ ਫੋਨ ਫੜ 2-4 ਦਿਨਾਂ ਦੇ ਨਾ ਆਵੇ ਤਾਂ ਟੈਲੀਫੋਨ ਕਰਕੇ ਜਰੂਰ ਪੁੱਛ ਲਓ ਇੱਥੇ ਨਸ਼ੇ ਪੱਤੇ ਜਿਹੜੇ ਸਪੈਸ਼ਲੀ ਕਰਦੇ ਆ ਕਿਉਂਕਿ ਇਦਾਂ ਦੇ ਕੇਸ ਬਹੁਤ ਹੋ ਰਿਹਾ ਕਿ ਘਰਦਿਆਂ ਦੀ ਡੈਥ ਹੋ ਜਾਂਦੀ ਹੈ ਪਿੱਛੇ ਜਿਹੜੇ ਬੱਚੇ ਵਿਚਾਰੇ ਛੋਟੇ ਹੁੰਦੇ ਉਹਨਾਂ ਦੀ ਵੀ ਮੌਤ ਹੋ ਜਾਂਦੀ ਆ ਤੇ ਇਸ ਤਰ੍ਹਾਂ ਦਾ ਬਹੁਤ ਕੰਮ ਖਰਾਬ ਹੋ ਰਿਹਾ ਉਸ ਤੋਂ ਬਾਅਦ 2014 ਦੇ ਵਿੱਚ ਇੱਕ ਡਾਕਟਰ ਦੇ ਸਿਰ ਰੇਪ ਕੇਸ ਪਿਆ ਸੀਗਾ ਤੇ ਰੇਪ ਕੇਸ ਕਿਉਂਕਿ ਉਹਨੇ ਅਟੈਂਪਟ ਟੂ ਜਿੱਦਾਂ ਅਸੀਂ ਕਹਦੇ ਆ ਰੇਪ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਉਹਦੀਆਂ ਪੇਸ਼ੈਂਟ ਆ ਰਹੀਆਂ ਸਨ ਬੱਚਿਆਂ ਨੂੰ ਦਖਾਲਨ ਜਿਹੜੀਆਂ ਆ ਰਹੀਆਂ ਸਨ ਤੋ ਉਸ ਨੂੰ ਬਾਈ ਇੱਜ਼ਤ ਬਰੀ ਕਰ ਦਿੱਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਹ ਪਾਰਕਸੋਨ ਜਿਹੜੀ ਹੈ ਇੱਕ ਬਿਮਾਰੀ ਹੁੰਦੀ ਹੈ ਜਿਹਦੇ ਨਾਲ ਬੰਦੇ ਦਾ ਸਰੀਰ ਪ੍ਰੋਬਲਮ ਹੁੰਦੀ ਹੈ ਦਿਮਾਗੀ ਤੌਰ ਤੇ ਇੱਕ ਬਿਮਾਰੀ ਹੁੰਦੀ ਹੈ ਜਿਹਨੂੰ ਸ਼ਾਂਤ ਕਰਨ ਦੇ ਲਈ ਇਹ ਖਾਂਦੇ ਆ ਇੱਕ ਗੋਲੀ ਦਵਾਈ ਖਾਂਦੇ ਆ ਇਹਦੇ ਲੱਛਣ ਵੈਸੇ ਇਦਾਂ ਹੁੰਦੇ ਸਰੀਰ ਤੇ ਦਬਾਅ ਪੈਣਾ ਇਦਾਂ ਦੀਆਂ ਚਲੋ ਆਪਾਂ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਜਿੰਨੀ ਬਿਮਾਰੀ ਬਾਰੇ ਲੱਛਣ ਘੱਟ ਪਤਾ ਹੁਣ ਉਨਾ ਹੀ ਬੰਦੇ ਨੂੰ ਆਪਣੇ ਚੋਂ ਬਿਮਾਰੀ ਘੱਟ ਲੱਗਦੀ ਹੈ ਇਕ ਇਸ ਨੂੰ ਬਿਮਾਰੀ ਸਗੀ ਤੇ ਜਿਹਦੇ ਲਈ ਇੱਕ ਖੰਦਾ ਸਗਾ ਗੋਲੀ ਤੇ ਉਹ ਗੋਲੀ ਖਾਣ ਤੋਂ ਬਾਅਦ ਇਹ ਕਹਿੰਦੇ ਤੇ ਇਸ ਦਾ ਜਿਹੜਾ ਸਰੀਰ ਇਹਦਾ ਸਾਥ ਨਹੀਂ ਸੀ ਦਿੰਦਾ ਇਹ ਜਿਹੜੀਆਂ ਪੁੱਠੀਆਂ ਹਰਕਤਾਂ ਕਰਨ ਲੱਗ ਜਾਂਦਾ ਜਿੱਦਾਂ ਕਿ ਜੇ ਕੋਈ ਔਰਤ ਹੋਵੇ ਤਾਂ ਉਹਨੂੰ ਛੇੜਨ ਲੱਪਣਾ ਇਦਾਂ ਦਾ ਹੁਣ ਇਸ ਨੂੰ 22 ਜੁਲਾਈ ਇਸ ਕਰਕੇ ਕੀਤਾ ਗਿਆ ਕਿ ਜਿਹੜਾ ਇਹਨੇ ਉਹ ਕੋਸ਼ਿਸ਼ ਕੀਤੀ ਆ ਅਟੈਂਪਟ ਰੇਪ ਕਰਨ ਦੀ ਉਹਦੇ ਵਿੱਚ ਇਹਦਾ ਹੱਥ ਨਹੀਂ ਸੀਗਾ ਕਿਉਂਕਿ ਅੰਡਰ ਗੋਲੀ ਖਾਧੀ ਹੋ ਸੀ ਉਸ ਕਰਕੇ ਤਾਂ ਮਨ ਜਿਹੜਾ ਇਹ ਲਾਲਚ ਸੀ ਇਹਦਾ ਮਨ ਲਾਲ ਸਾਰਿਆ ਸੀਗਾ ਜਿਸ ਕਰਕੇ ਇਹਨੂੰ ਬਾਈ ਇੱਜ਼ਤ ਬਰੀ ਕਰ ਦਿੱਤਾ ਗਿਆ ਜੋ ਕਿ ਸਾਡੇ ਹਿਸਾਬ ਨਾਲ ਤਾਂ ਬਹੁਤ ਗਲਤ ਵਾ ਕਿ ਜੇਕਰ ਕਿਸੇ ਬੰਦੇ ਨੇ ਗੋਲੀ ਖਾਧੀ ਹੈ ਇਸਦਾ ਮਤਲਬ ਇਹ ਥੋੜੀ ਕਿ ਉਹ ਸਾਨੂੰ ਬਾਈ ਇੱਜ਼ਤ ਬਰੀ ਕਰ ਦਿੱਤਾ ਜਾਵੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਸਾਨੂੰ ਜਰੂਰ ਦੱਸਿਓ ਉਸ ਤੋਂ ਬਾਅਦ ਇੱਕ ਹੋਰ ਅਪਡੇਟ ਆ ਰਿਹਾ ਦੱਸਿਆ ਜਾ ਰਿਹਾ ਕਿ ਦੁਨੀਆ ਦੇ ਵਿੱਚ ਹਾਲੈਂਡ ਦੀ ਹਾਰਲੇਮ ਸ਼ਹਿਰ ਇੱਕ ਪਹਿਲਾ ਸ਼ਹਿਰ ਬਣ ਜਾ ਰਿਹਾ ਜੋ ਕਿ ਜਿੰਨੀਆਂ ਵੀ ਪਬਲਿਸਿਟੀਆਂ ਨੇ ਜਿਨ੍ਹਾਂ ਦੇ ਵਿੱਚ ਮੀਟ ਸ਼ੋ ਹੁੰਦਾ ਉਹਨਾਂ ਨੂੰ ਬੰਦ ਕਰਨ ਗਿਆ ਫਿਰ ਚਾਹੇ ਮੈਕਡੋਨਲਡ ਹੋਵੇ ਚਾਹੇ KFC ਹੋਵੇ ਦੱਸਿਆ ਜਾ ਰਿਹਾ ਕਿ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਚਾਹਨੇ ਆ ਕਿ ਜਿੰਨਾ ਹੋ ਸਕੇ ਮੀਟ ਆ ਜਿਹੜਾ ਘਟ ਖਤਮ ਹੋਵੇ 2024 ਤੋਂ ਉਹਨਾਂ ਨੇ ਕਾਨੂੰਨ ਲਾਗੂ ਕਰ ਦੇਣਾ ਹੁਣ ਇਸ ਟਾਈਮ ਦੱਸਤਾ ਵੀ ਜਿੰਨਾ ਵੀ ਹੈ ਤੁਸੀਂ ਕਰਨੀ ਮਸ਼ਹੂਰੀ ਕਰ ਲਓ 2024 ਤੋਂ ਬਾਅਦ ਅਸੀਂ ਤੁਹਾਨੂੰ ਮਸ਼ਹੂਰੀ ਨਹੀਂ ਕਰਨ ਦੇਣੀ ਜਿਹਦੇ ਵਿੱਚ ਤੁਸੀਂ ਮੀਟ ਯੂਜ਼ ਕਰਦੇ ਹੋ ਬੀਓ ਵਾਲੀਆਂ ਹੋ ਗਈਆਂ ਯਾਨੀ ਕਹਿਣ ਦਾ ਮਤਲਬ ਆ ਜੀ ਬੈਸ ਨੂੰ ਚੀਜ਼ਾਂ ਨੂੰ ਹੀ ਇਹ ਪਹਿਲ ਦੇਣਗੇ ਮੀਟ ਵਾਲੀ ਜਿਹੜੀ ਚੀਜ਼ ਆ ਉਹਨੂੰ ਪਹਿਲ ਨਹੀਂ ਦੇਣੀ ਇਹ ਸਾਨੂੰ ਅੱਜ ਦੀਆਂ ਕੋਈ ਖਾਸ ਖਬਰਾਂ ਮਿਲਾਂਗੇ ਅਗਲੇ ਅਪਡੇਟ ਦੇ ਵਿੱਚ ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਹੀ ਟਾਲੀਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ